ਕੀ ਹਾਲ ਨੇ ਬਈ ਸਾਰਿਆਂ ਦੇ? ਗੁੱਡ ਮਾਰਨਿੰਗ। ਅਤੇ ਬਾਈ ਅੱਜ ਆਪਣਾ ਪਹਿਲਾ ਵਲੌਗ ਹੈਗਾ, ਅਤੇ ਸਪੋਰਟ ਕਰੋ ਨਾ ਵੀਰੇ, ਲਾਈਕ ਕਰੋ ਵੀਡੀਓ ਨੂੰ, ਆਪਣੀ ਪਹਿਲੀ ਵੀਡੀਓ। ਅਤੇ ਵੀਰੇ ਆਪਣੀ ਸਾਰੀ ਵੀਡੀਓ ਟਾਈਟਲ ਲੇਟ ਆਇਆ ਕਰੀ, ਟਾਈਟਲ ਮੋਡੀਫਾਈ ਲੇਟ। ਅਤੇ ਅੱਜ ਤਾਂ ਆਪਣੀ ਸ਼ੁਰੂ ਹੋ ਨਾ ਵੀਰੇ ਮੋਡੀਫਾਈ, ਅੱਜ ਤੁਹਾਨੂੰ ਦਿਖਾਉਣੇ ਹੈਗੇ। ਅਤੇ ਥੋੜ੍ਹੇ ਜਿਹਾ ਹੱਥ ਨੂੰ ਲੁੱਕ ਕਰਿਓ ਬਈ, ਦਿਨ ਬਾਅਦ ਸਵੇਰ ਦਾ ਟਾਈਮ ਹੈ ਵੀਰੇ। ਅਤੇ ਅੱਜ ਆਪਾਂ ਵੀਰੇ ਲਾ ਰਹੇ ਹੈਗੇ ਆਪਣੇ ਲੇਟਰ ਤੋਂ ਬੂਫਰ, ਬਾਕੀ ਤੁਹਾਨੂੰ ਦਿਖਾਉਣੇ ਹੈਗੇ। ਅਤੇ ਆਪਾਂ ਫਤਿਹਗੜ੍ਹ ਸਾਹਿਬ ਜਾਣ ਵੇਲੇ ਲਾਏ ਸੀਗੇ 4 ਬੂਫਰ। ਅਤੇ ਬਈ ਹੁਣ ਲਾ ਰਹੇ ਹਾਂਗੇ, ਤੈਨੂੰ ਦੱਸ ਰਹੇ ਹਾਂ ਆਪਾਂ ਲਾ ਵੀ ਰਹੇ, ਤਾਂ ਕੁਛ ਨਵਾਂ ਵੀ ਕਰ ਰਹੇ ਹਾਂਗੇ, ਤੁਹਾਨੂੰ ਦਿਖਾਉਣੇ ਹੈਗੇ ਨਵਾਂ ਅੱਜ ਬੂਫਰ ਲਾਉਣੇ ਹੈਗੇ। ਅੱਗੇ ਦੇਖੋ, ਚੰਗਾ ਬਈ। ਬਾਈ ਅੱਜ ਬੂਫਰ ਖੋਲ ਰਹੇ ਹਾਂਗੇ, ਅਤੇ ਨਵਾਂ ਸਿਸਟਮ ਦੀ ਤਿਆਰੀ ਆਪਣੀ ਚੱਲ ਰਹੀ ਹੈ ਪੂਰੀ ਮਾਰੋ ਮਾਰ। ਅਤੇ ਹਾਂ, ਮੁੰਡੇ ਲੱਗੇ ਪਏ ਨੇ, ਕਹਿੰਦੇ ਜੁੜੇ ਸਿਸਟਮ ਖੋਲਣਾ ਪਿਆ, ਨਵਾਂ ਸਿਸਟਮ ਕਰਦੇ ਹਾਂ ਜਲਦੀ ਹੀ ਤਿਆਰ। ਲਾ ਲਿਆ ਮੁੰਡੇ ਨੇ ਕਹਿੰਦੇ ਬੂਫਰ, ਆਪਣੇ ਪੇਟੀਆਂ ਲਹਾਤੀਆਂ, ਥੋੜ੍ਹਾ ਜਿਹਾ ਅੱਡੇ ਅੱਡੇ ਲੱਗਣ ਲੱਗਿਆ। ਅਤੇ ਹੁਣ ਆਪਾਂ ਮਿਸਤਰੀਆਂ ਦੇ ਆਏ ਹੋਏ ਹਾਂਗੇ, ਤੱਤੀਆਂ ਬਣਾਉਣ। ਲਓ ਵੀ ਪੇਟੀ ਪੱਤੀ ਆਪਾਂ ਬਣਾ ਲਈਆਂ, ਹੁਣ ਆਪਾਂ ਜੇ ਲੈਸਟ ਟਾਈਮ ਬਾਈ ਘਰ ਨੂੰ, ਅਤੇ ਬਾਕੀ ਤੁਹਾਨੂੰ ਦੱਸ ਦਿਆਂ ਕਿ ਕੀ ਕਰਦੇ ਆਪਾਂ ਆਪਣਾ ਬਾਈ ਟਰੈਕਟਰ ਦੀ ਬਲੋਗ ਨੇ ਬਸ ਕੰਮ ਕਾਰ, ਬਾਕੀ ਇਹਦਾ ਬ੍ਰੇਕਰ ਦਾ ਕੰਮ ਹੈਗਾ ਕੱਲ੍ਹ ਨੂੰ ਜਾਂ ਪਰਸੋਂ ਨੂੰ ਮਿਸਤਰੀ ਦਾ, ਕੱਲ੍ਹ ਨੂੰ ਐਤਵਾਰ ਹੈਗਾ ਅਤੇ ਪਰਸੋਂ ਨੂੰ ਮਿਸਤਰੀ ਕਹਿੰਦਾ ਕੰਮ ਕਰ ਦੂੰਗਾ ਬ੍ਰੇਕਾਂ ਦਾ। ਲੋ ਵੀ ਆਪਾਂ ਘਰ ਪਹੁੰਚ ਗਏ, ਅਤੇ ਘਰ ਆਪਰੇਟਰ ਲਾ ਤਾ, ਹੁਣ ਜਿਹੜਾ ਬੂਫਰ ਸੀਗਾ ਆਪਾਂ ਥੱਲੋਂ ਲਾਹੇ ਨੇਗੇ, ਉਹ ਆਪਾਂ ਦੇਖ ਕੇ ਆਉਣੇ ਨੇਗੇ। ਅਤੇ ਤੂੰ ਆਪਾਂ ਤਿਆਰ ਕਰੇ ਹੋ ਕੇ ਆਪਣੇ ਤੋਂ ਚੱਲਦੇ ਹਾਂ, ਚੱਕਦੇ ਹਾਂ ਗੱਡੀ। ਅਤੇ ਲੋ ਵੀ ਆਪਾਂ ਬਈ ਹੋ ਚੁੱਕੇ ਹਾਂ ਤਿਆਰ, ਆਪਾਂ ਚੱਕਦੇ ਹਾਂ ਆਪਣੀ ਗੱਡੀ ਵੀਰੇ, ਤਿਆਰ ਪਰ ਤਿਆਰ ਆਪਾਂ ਪੂਰੇ ਹਨ ਹਾਂ। ਓਕੇ ਓਕੇ ਨੰਬਰ ਇੱਕ, ਅਤੇ ਮਾਰ ਲਈਏ, ਗਰਮ ਕਰ ਦਈਏ ਥੋੜ੍ਹੀ ਜਿਹੀ, ਚੱਲਦੇ ਹਾਂ ਬਈ ਆਪਾਂ ਹੁਣ ਦੁਕਾਨ 'ਤੇ। ਅਤੇ ਦੁਕਾਨ ਤੋਂ ਆਪਾਂ ਪੇਟੀ ਚੱਕਦੇ ਹਾਂਗੇ, ਅਤੇ ਹੁਣ ਤੁਹਾਨੂੰ ਦੱਸੀ ਵੀ ਆਪਾਂ ਨਾ ਕਿਵੇਂ ਪੇਟੀ ਲਗਾ ਦੇ, ਕਿਹਦੀ ਪੇਟੀ ਸੀ, ਕਿਵੇਂ ਉਹ ਤੁਹਾਨੂੰ ਦੱਸ ਦਿੱਤਾ ਪਵੇ ਆਪਾਂ ਕਿਵੇਂ ਕਿਸਾ ਤੋਂ ਲਾਈ ਜਾਓ ਫਤਿਹਗੜ੍ਹ ਸਾਹਿਬ ਜਾਣ ਵਾਸਤੇ ਲਾਈ ਦੀ ਆਪਾਂ ਨੇ। ਅਤੇ ਹੁਣ ਆਪਾਂ ਆਪਦਾ ਹੀ ਸਿਸਟਮ ਲਾ ਰਹੇ ਹਾਂਗੇ, ਅਤੇ ਬਾਕੀ ਤੁਹਾਨੂੰ ਦੱਸ ਦਿਆਂਗੇ, ਚੱਲ ਜਾਂਗੇ ਦੁਕਾਨ 'ਤੇ, ਚੱਲਦੇ ਹਾਂ ਪੇਟੀ, ਤੁਹਾਨੂੰ ਬਾਕੀ ਦਿਖਾਉਣੇ ਸਾਰਾ ਕੁਝ ਚੰਗਾ। ਅਤੇ ਲਓ ਬਈ ਆਪਾਂ ਪਹੁੰਚ ਗਏ ਹਾਂਗੇ ਦੁਕਾਨ 'ਤੇ, ਚੱਕਦੇ ਹਾਂ ਆਪਾਂ ਬੂਫਰ ਅਤੇ ਦਿਖਾਉਣੇ। ਲਓ ਬਈ ਮਿੱਤਰੋ, ਅਤੇ ਆਪਾਂ ਦੁਕਾਨ ਤੋਂ ਚੱਲ ਪਏ, ਪੇਟੀ ਆਪਣੇ ਧਰ ਲਈ ਆਪਣੀ ਗੱਡੀ 'ਚ, ਅਤੇ ਵਾਪਸ ਕਰਕੇ ਆਉਂਦੇ ਹਾਂ ਪੇਟੀ ਆਪਾਂ ਮੁੰਡੇ ਦੀ ਪੇਟੀ ਨਹੀਂ ਚੱਲਿਆ ਗੱਡੀ 'ਚ, ਆਪਾਂ ਧਰ ਲਈ ਪੇਟੀ, ਅਤੇ ਬਾਕੀ ਤੁਹਾਨੂੰ ਅੱਗੇ ਮਿਲ ਜਾਂਗੇ, ਦਿਖਾਉਣੇ ਅੱਜ ਦਾ ਸ਼ਹਿਰ ਨੂੰ ਚੱਲਿਆਂਗੇ ਸੰਗਰੂਰ ਆਪਣੇ, ਬਾਕੀ ਦਿਖਾਉਣਾ ਸ਼ਹਿਰ ਦਾ ਵੀ ਕੀ ਬਣਦਾ ਅੱਜ। ਲਓ ਬਈ ਪੇਟੀ ਆਪਾਂ ਨੇ ਫੜਾ ਤੀ ਮੁੰਡੇ ਨੂੰ, ਅਤੇ ਆਪਾਂ ਵੀ ਹੁਣ ਚੱਲ ਪਏ ਸੰਗਰੂਰ ਨੂੰ। ਅਤੇ ਇਹ ਆਪਣੇ ਵੀਰੇ ਮਿੱਤਰ ਦੀ ਪੇਟੀ ਸੀ, ਮੈਂ ਦੱਸਿਆ ਵਾ ਫਤਿਹਗੜ੍ਹ ਸਾਹਿਬ ਜਾਣ ਵਾਸਤੇ ਧੁੱਪਾ ਲੈਤੀ ਸੀ ਇੱਕ, ਹੁਣ ਆਪਾਂ ਆਪਦਾ ਸਿਸਟਮ ਲਾ ਰਹੇਗੇ, ਬਾਕੀ ਤੁਹਾਨੂੰ ਦੱਸ ਦਿਆਂਗੇ ਜਿਵੇਂ ਵੀ ਜੋ ਵੀ ਹੈ, ਹੁਣ ਚੱਲਦੇ ਹਾਂ ਸ਼ਹਿਰ ਨੂੰ। ਚੰਗਾ ਹਾਂਜੀ ਬਾਈ, ਅਤੇ ਜਿਵੇਂ ਤੁਹਾਨੂੰ ਦੱਸਿਆ ਆਪਾਂ ਸੰਗਰੂਰ ਆਏ ਸੀਗੇ ਅਤੇ ਵਾਪਸ ਚੱਲਿਆਂਗੇ, ਸ਼ਾਮ ਹੋ ਚੁੱਕੀ ਆ, ਅਤੇ ਅੱਜ ਖਾਸ ਕਰਨ ਨੂੰ ਅੱਜ ਆਇਆ ਨਹੀਂ ਸੀਗਾ, ਤਾਂ ਕਰਕੇ ਆਪਾਂ ਨੇ ਸ਼ੂਟ ਕੀਤਾ ਨਹੀਂ ਗਾ। ਬਾਕੀ ਚੱਲਦੇ ਹਾਂ ਆਪਾਂ ਪਿੰਡ ਨੂੰ ਵਾਪਸ, ਅਤੇ ਜਾ ਕੇ ਦੇਖਦੇ ਹਾਂ ਪਿੰਡ ਜੇ ਕੁਛ ਹੋਇਆ ਸਾਨੂੰ ਦਿਖਾਉਂਦੇ ਹਾਂਗੇ ਆਪਣਾ ਜਗ੍ਹਾ। ਹਾਂਜੀ ਬਾਈ, ਕਿਵੇਂ ਹੋ ਸਾਰੇ? ਅਤੇ ਅੱਜ ਤੀਜਾ ਦਿਨ ਹੈਗਾ ਆਪਣਾ, ਤੁਸੀਂ ਪਹਿਲਾਂ ਦੇਖ ਰਹੇ ਹੋ ਆਪਾਂ ਸੈਚਰੀ ਅੱਜ ਮੰਡੇ ਹੈਗਾ, ਅਤੇ ਅੱਜ ਆਪਾਂ ਨੂੰ ਦੱਸਿਆ ਜਿਹੜਾ ਟਰੈਕਟਰ ਦਾ ਥੋੜ੍ਹਾ ਬ੍ਰੇਕਾਂ ਦੀ ਆਪਾਂ ਸੈਟਿੰਗ ਜੀ ਕਰਾ ਕੇ ਲਿਆਉਣੀ ਹੈਗੀ, ਅਤੇ ਆਪਾਂ ਮਿਸਤਰੀ ਕੋਲ ਚੱਲਦੇ ਹਾਂਗੇ, ਬ੍ਰੇਕਾਂ ਦੀ ਥੋੜ੍ਹੀ ਸੈਟਿੰਗ ਜੀ ਕਰਵਾਉਣ ਲਈ ਹੈਗੀ, ਉਹ ਕਰਾ ਕੇ ਲਿਆਉਣੇ ਹੈਗੇ। ਅਤੇ ਚੱਲਦੇ ਬਾਹਰ ਸੁਣਾਉਂਦੇ ਸਾਨੂੰ ਟਰੈਕਟਰ ਵੀ ਦੇਖੋ ਬਾਈ, ਸਟਾਰਟ ਕਰੀ ਦੇਣਾ ਬਾਅਦ ਜਰਾ ਬਸ ਹਾਂਜੀ
ਦੇਖਦੇ ਨੇ ਕਿ ਸੈਟਿੰਗ ਨਹੀਂ ਕਰਨ ਵਾਲੀ ਆ, ਚੈੱਕ ਕਰ ਲਈਏ। ਹਾਂਜੀ ਭਾਈ, ਅਤੇ ਦੇਖਾਂ ਜੀ ਆਪਾਂ ਸੈਟਿੰਗ ਕਰਾਉਣੀ ਸੀ, ਕਰਾਉਣੀ ਨਹੀਂ, ਮਾੜੀ ਮੋਟੀ ਕਰਾਉਣ ਵਾਲੀ ਸੀਗੀ, ਅਤੇ ਹੁਣ ਆਪਾਂ ਚੱਲੇ ਹਾਂ ਵਾਪਸ ਘਰ ਨੂੰ। ਅਤੇ ਬਸ ਅੱਜ ਹੋਰ ਤਾਂ ਕੋਈ ਕੰਮ ਹੈ ਨਹੀਂ ਤੇ ਜ਼ਿਆਦਾ, ਅਤੇ ਬਾਕੀ ਤੁਹਾਨੂੰ ਦੱਸ ਦੇਵਾਂਗੇ ਘਰ ਜਾ ਕੇ। ਅਤੇ ਲੈ ਆਪਾਂ ਪਹੁੰਚ ਗਏ ਘਰ, ਪਹੁੰਚ ਗਿਆ ਬਾਈ ਘਰ। ਅਤੇ ਅੱਜ ਦੇਖ ਲਓ ਕੋਈ ਇੱਥੇ ਹੀ ਆਪਣਾ ਹੋਇਆ, ਹੋਰ ਤਾਂ ਅੱਜ ਕੋਈ ਜ਼ਿਆਦਾ ਆਪਣਾ ਹੈ ਨਹੀਂ ਸੀ। ਬ੍ਰੇਕਾਂ ਦਾ ਆਪਾਂ ਕੰਮ ਕਰਾ ਕੇ ਲੈਣਗੇ, ਅਤੇ ਹੋਰ ਚੈੱਕ ਕਰੋ ਆ ਗਏ ਆਪਣੇ ਬ੍ਰੇਕਾਂ ਥੋੜ੍ਹੇ ਟਾਇਰਾਂ ਦਾ ਦੇਖੀ ਚੈਕਿੰਗ ਕਰਕੇ। ਅਤੇ ਬਾਕੀ ਅੱਜ ਬਲੋਗ ਦੀ ਵੇਚ ਇੱਥੇ ਸਮਾਪਤ ਹੈਗੀ, ਅਤੇ ਬਸ ਦੋ ਤਿੰਨ ਦਿਨਾਂ ਦਾ ਆਪਾਂ ਰੁਕ ਕੇ ਬਣਿਆ ਬਲੋਗ ਨਾ ਵੀਰੇ ਬਣਾ ਲਿਆ ਆਪਾਂ ਨੇ। ਬਾਕੀ ਸ਼ੁਰੂਆਤ ਅੱਗੇ ਅੱਗੇ ਬਸ ਹੁਣ ਸਿਸਟਮ ਆਪਣਾ ਤਿਆਰ ਹੋ ਰਿਹਾ, ਪੇਟੀ ਦਿੱਤੀ ਵੀ ਆਪਣੀ ਤਿਆਰ ਕਰਨੀ, ਜਲਦੀ ਬਸ ਸਿਸਟਮ ਹੁੰਦਾ ਆਪਾਂ ਬਲੋਗ ਲੈ ਕੇ ਆਵਾਂਗੇ। ਉਦੋਂ ਪਹਿਲਾਂ ਵੀ ਬਲੋਗ ਬਣਿਆ ਤਾਂ ਉਦੋਂ ਪਹਿਲਾਂ ਲੈ ਆਵਾਂਗੇ, ਨਹੀਂ ਬਸ ਮੋਟੀਵੇਸ਼ਨ ਦੇ ਆਪਣੇ ਇੱਟਰ ਦੀ ਬਾਣੀ ਤੋਂ ਤਿਆਰ ਕਰਨ ਦੀ ਮੋਟੀਵੇਸ਼ਨ ਗਲਤੀ ਨੂੰ ਪੇਟੀ ਤਿਆਰ ਹੋ ਰਹੀ, ਉਸ ਸਿਸਟਮ ਜਲਦੀ ਤੁਹਾਨੂੰ ਲੈ ਕੇ ਆਵਾਂਗੇ ਲਵੇ। ਅਤੇ ਧੰਨਵਾਦ ਵੀ ਜਿਨ੍ਹਾਂ ਨੇ ਆਪਣਾ ਬਲੋਗ ਦੇਖਿਆ ਨਾ, ਅਤੇ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਉਹਨਾਂ ਬਾਰੇ ਡੇਰੇ ਆਏ ਨੇਗੇ। ਬਸ ਸਾਨੂੰ ਜਲਦੀ ਜਲਦੀ ਕੋਈ ਨਾ ਕੋਈ ਵੀਡੀਓ ਦਿਖਾਵਾਂਗੇ। ਚੰਗਾ ਵੀਰੇ, ਧੰਨਵਾਦ ਇਹਨਾਂ ਨੇ ਦੇਖਿਆ।